ਆ ਗਿਆ ਨੱਕ ਚੋਂ ਦਿਮਾਗ ਚ ਜਾ ਵੜਿਆ ਫੇਮ ਵੀ ਸਹੁਰੇ ਦੇ ਚਾਰ ਦਿਨ ਨਹੀਂ ਕੱਟਦੀ ਖਬਰਾਂ ਮੇਰੇ ਸਹੁਰੇ ਦੇ ਕੀ ਬਰੋਜਾ ਰਲਾ ਦਿੰਦੇ ਆ ਇੰਨਾ ਚਿਰ ਕਹਾਉਂਦੇ ਸਿਰ ਚ ਨਹੀਂ ਨਾ ਖਾਓ ਅੱਖੇ ਨਹੀਂ ਖੜਦੀ ਦੋ ਘੁੱਟਾਂ ਪੀਣਾ ਤੱਤੀਆਂ ਤੱਤੀਆਂ ਫੇਰ ਖੁਰੋਗੇ ਕਾਲੀ ਮਾਈ ਉਹ ਖਾਣੂ ਭਾਵੇਂ ਕੌੜੀ ਆ ਮਾੜੀ ਪਰ ਚੀਜ਼ ਕੰਮ ਦੀ ਬਣਾਈ ਆ ਕਿਸੇ ਨੇ ਸਾਰਾ ਸਾਰਾ ਜਹਾਨ ਹੀ ਫਿੱਕਾ ਫਿੱਕਾ ਲੱਗਦਾ ਖਾਦੇ ਬਿਨਾਂ ਤਾਂ ਇਹ ਤਾਂ ਖੇੜਾ ਨੇ ਛੁੱਟਦਾ ਚੌਣੇ ਤੁੰਦਾ ਨੀ ਬੇਬੇ ਆ ਸੁੱਕੀ ਰੋਟੀ ਕਿਵੇਂ ਖਾਵਾਂ ਇਹ ਤਾਂ ਤੋ ਚੱਲ ਭਰਾ ਨੂਣ ਦਾ ਭੁੱਖ ਲੈ ਚਾਹ ਦੀ ਘੁੱਟਣਾ ਨੰਘਾ ਲਾ ਬੁਰਕੀ ਆਹੋ ਬੇਬੇ ਆਪਣੀ ਤਾਂ ਆਹੀ ਡਬਲ ਰੋਟੀ ਆ ਹੋਰ ਪੁੱਤ ਤੰਤੂ ਬੁੜੇ ਤੰਤੂ ਕੀ ਆ ਬਾਪੂ ਚਾਹ ਤਾਂ ਪੀ ਲੈਣ ਦੇ ਘੁੱਟ ਓਏ ਅੱਗ ਦਾ ਗੋਹਾ ਲਿਆਈ ਮਾੜਾ ਜਿਹਾ ਲੈ ਮੇਰਾ ਸ਼ੇਰਾ ਫੱਟ ਦੇਣੀ ਬਾਪੂ ਵੀ ਬਸ ਆਉਨੀ ਆ ਪੁੱਛ ਕੇ ਰੱਖੀ ਐਵੇਂ ਨਾ ਹੱਥ ਫੂਕ ਦੇ ਨਾ ਇਹਦੇ ਬਿਨਾਂ ਸਰਦਾ ਨੀ ਤੇਰਾ ਬਾਪੂ ਮੈਨੂੰ ਤਾਂ ਮੁਸ਼ਕ ਜਮਾ ਚੰਗਾ ਨੀ ਲੱਗਦਾ ਹੂੰ ਬਸ ਤੇਰੀ ਬੇਬੇ ਵੀ ਭਾਂਡੇ ਲੱਗ ਗਈ ਭੰਨਣ ਸਵੇਰੇ ਸਵੇਰੇ ਮੈਨੂੰ ਵੀ ਫੂਕ ਦੇ ਚਾਹ ਦਾ ਘੁੱਟ ਮੇਰੇ ਸਹੁਰੀ ਦਾ ਤੰਬਾਕੂ ਵੀ ਮੁੱਕ ਗਿਆ ਲੱਗਿਆ ਬਿਲੇ ਸਾਰੇ ਬੇ ਮੈਂ ਤੇ ਤੁਹਾਨੂੰ ਚੱਲੀ ਆ ਕੱਖ ਕੰਡਿਆਂ ਨੂੰ ਨਾਲੇ ਭੱਠੀ ਦਾ ਬਾਲਣ ਵੀ ਇਕੱਠਾ ਕਰਨਾ ਘਰੇ ਹੀ ਰਹੀ ਕਿਤੇ ਤੁਰ ਪਏ ਕੌਲੇ ਕੱਛਣ ਮਗਰੋਂ ਕੁੱਤੇ ਤੌਲੇ ਚੱਟਦੇ ਫਿਰਨਗੇ ਤੌਲੇ ਚੱਟਦੇ ਫਿਰਨਗੇ ਇਹਦੇ ਕਹਾਂ ਦਸ ਦਸ ਲਵੇਰੀਆਂ ਬੰਨੀਆਂ ਕਿਲਿਆਂ ਤੇ ਬੇ ਬੂਰੀਆਂ ਤਾਂ ਮੈਂ ਬਥੇਰੀਆਂ ਬੰਨ ਲੈਂਦੀ ਜੇ ਤੂੰ ਕਿਸੇ ਚੱਜ ਹਾਲ ਦਾ ਹੁੰਦਾ ਤਾਂ ਤੇਰੀ ਆ ਚਿਲਮ ਨੇ ਨਾ ਤੈਨੂੰ ਕਿਸ਼ਨ ਸਿਓ ਤੋਂ ਫੀਲਾ ਬਣਾ ਕੇ ਰੱਖਤਾ ਫੀਲਾ ਪ੍ਰਤਾਪ ਕੌਰ ਹੈ ਬਈ ਭੁੰਨਣੇ ਜੱਟਾਂ ਦੇ ਦਾਣੇ ਆਖੋ ਪ੍ਰਤਾਪ ਕੌਰ ਵੱਡੇ ਸਰਦਾਰ ਨਹੀਂ ਤੇ ਆਈ ਮਰੇਗਾ ਕਿਤੇ ਆਈ ਚੱਲ ਕੁੜੇ ਓਏ ਆ ਚਲਮ ਵੀ ਸਾਲੀ
ਮੂੰਹ ਅੱਟ ਕੇ ਬਹਿ ਗਈ। ਆਇਓਏ ਜਗਣੇ ਬਾਣੀਆਂ ਕੋਲੋਂ ਫੜਦਾ ਦਸਾਂ ਦਾ ਨੋਟ। ਓਏ ਜਿਉਂਦਾ ਰਹੇ ਓ ਜਗਣਾ ਬਾਣੀਆਂ, ਉਹਨੂੰ ਤਾਂ ਖਬਰ ਨਹੀਂ ਮੈਂ ਕਦੋਂ ਦਾ ਮਰ ਜਾਂਦਾ। ਓਏ ਜੇ ਪਿੰਡ ਦਾ ਬਾਣੀਆਂ ਜਗਣਾ ਨਾ ਹੁੰਦਾ। ਚੌਂਕੀਦਾਰ ਕਰ ਲੈ ਚੇਡਾ, ਪਰ ਪੈਸਾ ਕਮਾਉਣਾ ਕਿੰਨਾ ਔਖਾ ਨਾ, ਇਹ ਤਾਂ ਜਗਨਨਾਥ ਤੋਂ ਪੁੱਛ। ਨਾਲੇ ਭਾਈ ਤੁਹਾਡੇ ਅੜੇ ਥੋੜੇ ਕੰਮ ਆਉਣ ਦੀ ਖਾਤਰ ਨਾ ਮੈਨੂੰ ਪਹਿਲਾਂ ਆਪਦੇ ਢਿੱਡ ਨੂੰ ਗੰਢਾਂ ਮਾਰਨੀਆਂ ਪੈਂਦੀਆਂ ਨੇ, ਤਾਂ ਕਿਤੇ ਚਾ ਕੇ ਚਾਰ ਪੈਸੇ ਇਕੱਠੇ ਹੁੰਦੇ ਨੇ। ਜੇ ਮੈਂ ਉਹਦੇ ਤੇ 2% ਵਿਆਜ ਲੈ ਲੈਣਾ, ਦੱਸ ਕਿਹੜਾ ਲੋੜਾ ਆ ਗਿਆ। ਓਏ ਸਾਡੇ ਬਾਰੇ ਤਾਂ ਗ੍ਰੰਥਾਂ 'ਚ ਵੀ ਲਿਖਿਆ ਹੋਇਆ ਵੀ ਗੁਰੂ ਬਿਨਾਂ ਗੱਤ ਨਹੀਂ ਤੇ ਸ਼ਾਹ ਬਿਨਾਂ ਪੱਤ ਨਹੀਂ। ਸੇਠਾ ਅੱਜ ਤਾਂ ਮੇਰੀ ਪੱਤ ਵੀ ਖਤਰੇ 'ਚ ਹੀ ਹੈ, ਕਿਸ਼ਨ ਭਗਵਾਨ ਬਣ ਕੇ ਬੋੜ ਪੈ। ਓਏ ਆ ਜਾ ਆ ਜਾ ਕਿਸਨੇ, ਆ ਜਾ ਬਹਿ ਜਾ ਇੱਥੇ। ਓਏ ਤੂੰ ਕਿਵੇਂ ਆਵੜੇ ਤੜਕੀ ਤੜਕੇ ਅੱਜ, ਨਸ਼ਾ ਪੱਤਾ ਮੁੱਕਿਆ ਲੱਗਦਾ ਤੇਰਾ। ਹੈਂ ਅੱਛਾ ਦੱਸ ਕਿੰਨੇ ਕੁ ਨਾਲ ਸਰਜੂ? 10 ਦਾ ਨੋਟ ਦੇ ਦੇ ਬਿੱਲੀ ਦੇ ਕੰਨ ਵਰਗਾ, ਫਿਰ ਹੋਊ ਮਹੀਨਾ ਪਾਰ। ਮਹੀਨਾ ਕਿਉਂ ਕੰਮ ਲਿਆ, ਤੂੰ 2 ਮਹੀਨੇ ਸਾਰ। ਆ ਫੜ 10 ਦਾ ਨੋਟ। ਹੈਂ ਇਹ ਹੁਣ ਭੱਜ ਨਾ ਜਾਈ, ਆਪਾਂ ਹਿਸਾਬ ਕਿਤਾਬ ਕਰ ਲਈਏ ਮਾੜਾ ਜਾ। ਇਹ ਐਂ ਕਰ ਤੂੰ ਦਾਤ ਚੱਕ ਉੱਥੋਂ, ਇੱਥੇ ਅੰਗੂਠਾ ਲਾ, ਉਹ ਥੱਲੇ ਨੂੰ ਮਾਰਾ ਇੱਥੇ ਨੂੰ ਇੱਥੇ। ਹਾਂ ਸ਼ਾਬਾਸ਼। ਓਏ ਠੀਲਿਆ ਤੂੰ ਤਾਂ ਤਾਪੀ ਨੂੰ ਸੀਸਾਂ ਦਿਆ ਕਰ, ਜਿਹੜੀ ਹਰੇਕ ਹਾੜੀ ਸੋਨੀ ਤੇਰਾ ਹਿਸਾਬ ਕਰ ਜਾਂਦੀ ਹੈ। ਭੋਲੇ ਸ਼ੰਕਰ ਬਈ ਇਹੀ ਜਿਹੀ ਘਰ ਵਾਲੀ ਸਭ ਨੂੰ ਦੇਵੇ, ਜਿਹੜੀ ਤੈਨੂੰ ਰੋਟੀ ਪਾਣੀ ਦੇ ਨਾਲ ਨਾਲ ਨਸ਼ਾ ਪੱਤਾ ਵੀ ਦੇ ਜਾਂਦੀ ਹੈ। ਲੈ ਕਿਸ਼ਨਿਆ ਤੇਰਾ ਤਾਂ ਕਾਟ ਬਣਿਆ ਹੋਣਾ ਗਵਰਨਮੈਂਟੀ ਅਮਲੀ ਵਾਲਾ। ਲੈ ਕਰਦੀ ਸਦਾਈਆਂ ਵਾਲੀ ਗੱਲ। ਓਏ ਕਮਲਿਆ ਕਦੇ ਚਿੜੀਆਂ ਦੇ ਮੂੰਹ 'ਚ ਵੀ ਕਿਸ਼ਤੀਆਂ ਤੈਰਿਆ ਕਰਦੀਆਂ? ਓਏ ਕਾਟ ਵਾਲੀ ਨਾਲ ਤਾਂ ਇਹਦੇ ਢਿੱਡ ਦੀ ਖੁਰਕ ਵੀ ਨਹੀਂ ਪੂਰੀ ਹੁੰਦੀ, ਪੂਰੇ ਪਿੰਡ ਦੇ ਅਮਲੀਆਂ ਜਿੰਨੀ ਫੀਮ ਦਾ ਇਕੱਲੇ ਹੀ ਖਾ ਜਾਂਦਾ। ਚੰਗਾ ਸੇਠਾ, ਰਾਮ ਰਾਮ। ਫਿਰ ਰਾਮ ਰਾਮ। ਚੌਂਕੀਦਾਰ ਆਹ ਬੰਦਾ ਧਰਮਰਾਜ ਤੋਂ ਕਿਸਮਤ ਬੜੀ ਚੰਗੀ ਲਿਖਾ ਕੇ ਲਿਆਇਆ। ਹੈਂ ਇਹ ਦੇਖ ਇਹ ਤਾਂ ਹੁਣ ਨਸ਼ਾ ਪੱਤਾ ਕਰਕੇ ਫਿਰੂ ਪਿੰਡ 'ਚ ਢੋਲੀ ਦੀਆਂ ਲਾਉਂਦਾ, ਤੇ ਉੱਧਰ ਤਾਪੀ ਉਹ ਜੇਠਾੜ ਦੀਆਂ ਧੁੱਪਾਂ 'ਚ ਮੱਚਦੀ ਹੋਊ। ਹਾਏ ਹਾਏ ਨੀ ਭੈਣੇ, ਦੇਖ ਕਿਵੇਂ ਅੰਤਾਂ ਦੀ ਅੱਗ ਵਰਤੀ ਅੱਜ ਤਾਂ। ਨਹੀਂ ਲੱਗਦਾ ਕਿਸੇ ਕੜਮੇ ਬੰਦੇ ਦਾ ਪਹਿਰਾ ਲਾਤਾ ਰੱਬ ਨੇ, ਤਾਂ ਹੀ ਤਾਂ ਸਵੇਰ ਦੀ ਲੋ ਵਰਦੀ ਜਾਇ ਵੱਡੀ ਦੀ। ਨਹੀਂ ਕੌਣ ਦੀ ਅੱਖ ਨਿਕਲਦੀ ਆ ਭੈਣੇ, ਆ ਗਰਮੀ ਦਾ ਤਾਂ ਦੇਖ ਕੀ ਹਾਲ ਹੈ, ਜੇਠਾੜ ਦੀਆਂ ਧੁੱਪਾਂ ਤਾਂ ਜੱਟ ਵੀ ਸਾਧ ਹੋ ਜਾਂਦਾ ਹੈ। ਨਹੀਂ ਹਮਾਤੜਾਂ ਨੇ ਤਾਂ ਖੇਤਾਂ 'ਚ ਕੰਮ ਕਰਨਾ 2 ਡੰਗ ਰੋਟੀ ਲਈ, ਚਾਹੇ ਉੱਤੋਂ ਅੱਗ ਵਰਦੀ ਹੋਵੇ ਤੇ ਚਾਹੇ ਠੱਕਾ ਚੱਲਦਾ ਰਹੇ। ਆ ਜ਼ਮੀਨਾਂ ਵਾਲਿਆਂ ਨੂੰ ਮੌਜ ਹੈ, ਅਸੀਂ ਗਰੀਬੜੇ ਇਹਨਾਂ ਦੀਆਂ ਜ਼ਮੀਨਾਂ 'ਚ ਹਲ ਵਾਹੁੰਦੇ ਹਾਂ, ਸਿਆਰਾਂ 'ਚ ਪਸੀਨਾ ਡੋਹ ਕੇ ਫਸਲ ਵਾਹੁੰਦੇ ਹਾਂ ਤੇ ਪੱਕੀ ਪਕਾਈ ਫਸਲ ਵੱਢ ਕੇ ਸਵਾਤਾਂ ਭਰ ਲੈਂਦੇ ਆ ਦਾਣਿਆਂ ਨਾਲ ਜੈ ਖਾਣੇ ਦੇ। ਭੈਣੇ ਮਾਲਕ ਵੀ ਉਹੀ ਆ, ਉਹਨਾਂ ਨੇ ਭਰਨੀਆਂ ਹੋਈਆਂ ਨਾ। ਭੈਣੇ ਆਪਾਂ ਕੀ ਕਰ ਸਕਦੇ ਹਾਂ, ਸਭ ਕਿਸਮਤ ਦੀ ਖੇਡ ਹੈ, ਆਪਾਂ ਤਾਂ ਪਤਾ ਨਹੀਂ ਪਿਛਲੇ ਜਨਮਾਂ 'ਚ ਕੀ ਭੁੰਨ ਕੇ ਬੀਜਿਆ। ਆਹੋ ਤਾਪੀਏ ਕਿਹੜਾ ਚਿੱਤ ਕਰਦਾ ਗਰੀਬਾਂ ਦੇ ਜੰਮਣ ਨੂੰ। ਨਹੀਂ ਇਕੱਲੀ ਨਾ ਪਵੋ ਭੈਣੇ, ਬਾਲਣ ਇਕੱਠਾ ਕਰ ਲਓ ਛੇਤੀ, ਨਾਲੇ ਆਹੀ ਚਾਰ ਦੇਣਾ ਜਿੰਨੀ ਦੇਰ ਗਹਾਈ ਹੁੰਦੀ ਆ, ਬਾਅਦ 'ਚ ਤਾਂ ਖੇਤਾਂ ਵਾਲਿਆਂ ਨੇ ਖੜੇ ਜੜਾਂਗਿਆਂ ਨੂੰ ਅੱਗ ਲਾ ਦੇਣੀ ਆ। ਨਹੀਂ ਅੱਗ ਤਾਂ ਲਾਉਣੀ ਆ ਉਹਨਾਂ ਨੇ, ਉਹਨਾਂ ਨੂੰ ਕੀ ਗਰਜਾ ਭਲਾ, ਗਰਜ ਤਾਂ ਆਪਾਂ ਨੂੰ ਹੈ ਜਿਨ੍ਹਾਂ ਨੇ ਸਾਰਾ ਦਿਨ ਬਾਲਣ ਇਕੱਠਾ ਕਰਕੇ ਹੱਥ ਨੂੰ ਭੱਠੀ ਤਪਾਉਣੀ ਹੁੰਦੀ ਆ ਤੇ ਲੋਕਾਂ ਦੇ ਦਾਣਿਆਂ 'ਚ ਚੁੰਗ ਚੁੰਗ ਕੱਢ ਕੇ ਆਪਦਾ ਗੁਜ਼ਾਰਾ ਕਰਨਾ ਹੁੰਦਾ। ਕਹਿ ਕਮਾਨ ਹੋ ਜਾਂਦੇ ਤੇਰੇ, ਨਾ ਫੀਲਾ ਵੀ ਕੁਝ ਕਮਾ ਲੈਂਦਾ। ਕਿੱਥੇ ਭੈਣੇ ਆਹੀ ਤਾਂ ਰੋਣਾ ਹੈ, ਨੀ ਜੇ ਉਹ ਕੁਛ ਕਮਾਉਣ ਜੋਗਾ ਹੁੰਦਾ ਤਾਂ ਅਸੀਂ ਕਾਹਨੂੰ ਰੋਲਦੀਆਂ ਲੋਕਾਂ ਦੇ ਖੇਤਾਂ ਵਿੱਚ। ਨੀ ਤੰਤੋ। ਹਾਂ ਬੇਬੇ ਮੈਂ ਵੀ ਖਾਤਾ ਬਾਲਣ ਇਕੱਠਾ ਕਰ ਲਿਆ, ਚੱਲੀਏ ਫਿਰ। ਚੱਲ ਆ ਜਾ ਫਿਰ, ਚਾਹੀਦੇ ਨੇ ਭਰੀ ਬੰਨ ਕਰਾ ਕੇ। ਸਿੱਖਣ ਦੁਪਹਿਰ ਆ ਗਈ ਉੱਤੋਂ, ਮੈਂ ਸੂਣ ਵਾਲੀਆਂ ਨੂੰ ਛਾਵੇਂ ਕਰਨਾ ਜਾ ਕੇ, ਹੋਰ ਨਾ ਗਰਮੀ ਮਾਰ ਦੇ, ਆ ਜਾ ਕਰੇ ਚਾਹੀਦੇ ਨੇ। Thank you.
ਰੱਬ ਦੇ ਰੰਗਾਂ ਦਾ ਵੀ ਕੁਛ ਪਤਾ ਨਹੀਂ ਲੱਗਦਾ। ਹੁਣੇ ਹੁਣੇ ਕਿੰਨੀ ਅੱਗ ਲੱਗੀ ਪਈ ਸੀ, ਆਹ ਦੇਖ ਲੈ ਬਿੰਦ ਚ ਠੰਡੀ ਆਵਾਜ਼ ਲਾਤੀ ਰੱਬ ਨੇ। ਹਾਂ ਬੇਬੇ, ਨਿੱਤੀਏ ਮੈਨੂੰ ਤਾਂ ਜਾਣੀ ਧਿਆਨ ਲੱਗੀ ਪਈ ਹੈ। ਬੇਬੇ ਲੰਬੀ ਜਿਹੀ ਡਿੰਗ ਹੋ ਕੇ ਆ ਜਾ, ਕੋਰੇ ਕੇ ਨਾਲ ਕੇ ਪਾਣੀ ਪੀਂਦੇ ਹਾਂ। ਚੱਲ ਤੁਰੀ ਚੱਲ ਕੇ ਰੱਖ। ਆ ਜਾਤੀ ਪਾਣੀ ਪਿਆ ਕੇ ਰੱਖ। ਬਿੰਦ ਝੱਟ ਆਰਾਮ ਕਰ ਲਈਏ। ਕੀ ਹੋ ਗਿਆ ਧੀਏ, ਤੂੰ ਆਏ ਚਿੱਤ ਜਾ ਕੇ ਭਰ ਲਿਆ। ਬੀਬੇ ਛਿੰਬਿਆਂ ਦੀ ਪਿਆਰੋ ਚੇਤੇ ਆ ਗਈ, ਪਿਛਲੇ ਮਹੀਨੇ ਇਸੇ ਗੱਡੀ ਥੱਲੇ ਆ ਕੇ ਮਰ ਗਈ ਸੀ। ਨੀਤੀ ਹੁਣ ਹੀ ਅੱਗੇ ਕਿਹਦਾ ਜ਼ੋਰ ਚੱਲਦਾ, ਉਹਦੀ ਲਿਖੀ ਉਹ ਆਈ ਸੀ ਪੁੱਤ। ਆਹੀ ਤਾਂ ਸਾਡੇ 'ਚ ਘਾਟਾ ਬੇਬੇ, ਹਰਨ ਹੋਣੀ ਨੂੰ ਰੱਬ ਦਾ ਪਾਣਾ ਸਮਝ ਕੇ ਸਹਿ ਜਾਂਦੇ ਹਾਂ, ਇਹ ਨਹੀਂ ਦੇਖਦੇ ਕਿ ਉਹਦੇ ਵਿੱਚ ਕਸੂਰ ਕਿਹਦਾ। ਸਾਰਾ ਪਿੰਡ ਜਾਣਦਾ ਵੀ ਪਿਆਰੋ ਆਪਣੇ ਸੱਸ ਤੇ ਨਣ ਤੋਂ ਤੰਗ ਆ ਕੇ ਮਰ ਗਈ ਸੀ। ਪਿਆਰੋ ਦਾ ਨਾਂ ਵੀ ਪਤਾ ਨਹੀਂ ਕਿਸ ਦਿਨ ਰੱਖਿਆ ਗਿਆ। ਪਿਆਰ ਤਾਂ ਬੇਚਾਰੀ ਨੂੰ ਕਦੇ ਨਸੀਬ ਹੀ ਨਹੀਂ ਹੋਇਆ। ਛੋਟੀ ਉਮਰੇ ਉਹਦੀ ਮਾਂ ਮਰ ਗਈ ਤੇ ਉਹਨੇ ਜ਼ਮੀਨ ਵੇਚ ਕੇ ਵਿਆਹ ਕੀਤਾ। ਅੱਗੋਂ ਸਾਰੇ ਘਰ ਦਾ ਜੀ ਜੀ ਉਹਦਾ ਵੈਰੀ ਹੋ ਗਿਆ। ਕੰਤ ਨਿਆਣਾ ਸੀ, ਸੱਸ ਤੇ ਨੰਦ ਨੇ ਰਲ ਕੇ ਉਹਦਾ ਉਹ ਹਾਲ ਕੀਤਾ। ਨਿੱਤ ਦੇ ਕਲੇਸ਼ ਤੋਂ ਤੰਗ ਆ ਕੇ ਇੱਕ ਦਿਨ ਬੇਚਾਰੀ ਨੇ ਆਪਣਾ ਮਰਨ ਸੁਖਾਲਾ ਕਰ ਲਿਆ ਗੱਡੀ ਥੱਲੇ ਆ ਕੇ। ਨੀਤੀਏ ਜਿਹਦਾ ਕੰਤ ਨਿਆਣਾ ਹੋਵੇ ਉਸ ਜਨਾਨੀ ਨੇ ਤਾਂ ਰੁਲਣਾ ਹੀ ਹੋਇਆ। ਬੇਬੇ ਜਦੋਂ ਵੀ ਮੈਂ ਇੱਥੋਂ ਰੇਲ ਲੰਘਦੀ ਦੇਖਦੀ ਹਾਂ ਪਿਆਰੋ ਦਾ ਮਾਸੂਮ ਚਿਹਰਾ ਮੇਰੀ ਅੱਖਾਂ ਸਾਹਮਣੇ ਆ ਜਾਂਦਾ। ਬੇਬੇ ਪਿਆਰੋ ਦਾ ਇਹ ਹਾਲ ਤਾਂ ਹੋਇਆ ਸੀ ਵੀ ਉਹਦੀ ਮਾਂ ਨਹੀਂ ਸੀ। ਹਟ ਕਮਲੀ ਨਾ ਹੋਵੇ ਤਾਂ ਤੂੰ ਕਿਉਂ ਇਹ ਗੱਲ ਦਿਲ 'ਤੇ ਲਾ ਕੇ ਬਹਿ ਗਈ? ਹਾਂ ਤੇਰੀ ਮਾਂ ਤਾਂ ਜਿਉਂਦੀ ਹੈ ਨਾ ਪੁੱਤ, ਮੈਂ ਗਰੀਬ ਜ਼ਰੂਰ ਹਾਂ ਪਰ ਮੈਂ ਮੇਰੀ ਧੀ ਨੂੰ ਇਉਂ ਰੋਲਣ ਨਹੀਂ ਦੇਣਾ। ਚੰਗੀ ਤਰ੍ਹਾਂ ਪਾਲਣ ਲਾ, ਕਿਉਂ ਐਵੇਂ ਨੂੰ ਫੂਕਣ ਲੱਗੀ ਆ? ਬੇਬੇ ਲਾਉਂਦੀ ਤਾਂ ਹੈਗੀ ਆ। ਇਹ ਹਾਂ ਸੱਚ ਬੇਬੇ, ਆਪਣੀ ਤਾਂ ਮੈਂ ਸਰਿੰਗਦੀ ਹੋਣੀ ਆ ਕੱਖਾਂ ਨੂੰ, ਪਤਾ ਨਹੀਂ ਬਾਪੂ ਨੇ ਪਾਏ ਹੋਣੇ ਪਤਾ ਨਹੀਂ। ਨਹੀਂ ਨਹੀਂ ਕਿੱਥੇ, ਉਹ ਟੁੱਟ ਪੈਣਾ ਕਾਰਾ ਨਹੀਂ ਸੀ ਆਉਂਦਾ ਰਹਿੜੇ ਪਿਆ, ਬੈਠਾ ਉਹਦੇ ਨਾਲ ਮਗਜਾਲੀ ਮਾਰਦਾ ਹੋਊਗਾ। ਖਾ ਲੈ ਖਾ ਲੈ ਪੁੱਤ, ਸੁੱਖ ਨਾਲ ਭਾਦੋ ਚ ਬਥੇਰਾ ਦੁੱਧ ਹੋ ਜਾਣਾ ਆਪਣੇ ਘਰੇ। ਹੈ ਨਿਤਾਂ ਤੋ ਤੇਰਾ ਬਾਪੂ ਹਲੇ ਤੇ ਘਾ ਦਾ ਰੁੱਗ ਲੈ ਕੇ ਨਹੀਂ ਮੁੜਿਆ। ਹੈ ਲੈ ਬੰਦਾ ਪੁੱਛਣ ਵਾਲਾ ਹੋਵੇ ਵੀ ਤੂੰ ਰਤਾ ਛੇਤੀ ਬੌੜ ਜਾ, ਉੱਤੋਂ ਵੇਲਾ ਦੇਖ ਲੈ ਰੋਟੀ ਟੁੱਕਦਾ ਹੋਇਆ ਪਿਆ। ਨਾ ਤੂੰ ਹੱਥ ਲਮਕਾਉਂਦਾ ਆ ਗਿਆ, ਘਾ ਦਾ ਰੁੱਗ ਤਾਂ ਲੈ ਆਉਂਦਾ। ਵੇਖੀ ਟੋਕੇ ਚ ਸਿਰ ਦੇ ਕੇ ਮਰ ਜੇ, ਪਤਾ ਨੀ ਕਿੱਥੋਂ ਡੱਪ ਕੇ ਆਉਂਦਾ ਇਹ ਬੰਦਾ, ਪਤਾ ਨੀ ਕਿੱਥੋਂ ਪੈਸੇ ਆ ਜਾਂਦੇ ਉਦੋਂ ਇਹਦੇ ਕੋਲੇ। ਤੇ ਹੁਣ ਕੁਛ ਮੂੰਹਾਂ ਤਾਂ ਬੋਲ, ਬਾਕ ਕੁਛ ਭਾਲਿਆਂ ਨੂੰ ਮੈਂ ਤੇਰਾ ਸਿਰੀ ਲੱਗਿਆ ਕਰ ਜਾ ਵੱਡੀ ਸਰਦਾਰਨੀ। ਨਾ ਜੇ ਡੰਗਰ ਮੂੰਹੋਂ ਨੀ ਬੋਲਦਾ ਤਾਂ ਉਹਦਾ ਲਹੂ ਪੀਣਾ।
ਮੈਨੂੰ ਵਰਕ ਵੱਟ ਲੋ। ਸਾਰੇ ਟੱਪਰ ਨੂੰ ਹਾਪੜਾ ਲੱਗਿਆ ਰਹਿੰਦਾ। ਆ ਗਿਆ ਇਹ ਸਾਰੇ ਟੱਪਰ ਨੂੰ ਖਵਾਉਣ ਵਾਲਾ। ਵੇ ਜੇ ਮੈਂ ਸਾਰਾ ਦਿਨ ਖੇਤਾਂ 'ਚ ਕੰਮ ਨਾ ਕਰਾਂ ਤਾਂ ਇਸ ਟੱਪਰ ਨੂੰ ਇੱਕ ਡੰਗ ਦੀ ਰੋਟੀ ਵੀ ਨਾ ਜੁੜੇ। ਨਾ ਤੂੰ ਤਾਂ ਸਾਰਾ ਦਿਨ ਜਗਣੇ ਬਾਣੀਏ ਦੇ ਹੱਟੀ ਤੇ ਬੈਠਾ ਤਾਸ਼ ਕੁੱਟਦਾ ਰਹਿੰਦਾ, ਕਦੇ ਕੰਮ ਦਾ ਚੱਕਾ ਤੋੜੇ ਤਾਂ। ਟਿਕ ਜਾ ਵੱਡੀਏ ਕਾਮੀਏ, ਘਰ ਚਲਾਉਂਦੀ ਹੈ ਖੱਬਲ ਸ੍ਰੀ ਜੀ, ਕਿਤੇ ਹੋਰ ਨਾ ਮੈਂ ਤੂੰ ਹੱਡ ਕੁੱਟਾ ਲਈ। ਨਾ ਅੱਗੇ ਕਦੇ ਕਸਰ ਛੱਡੀਏ ਤਾਂ ਹੱਡ ਕੁੱਟਣ ਵਾਲੀ। ਵੇ ਤੇਰੀਆਂ ਇੰਨਾ ਵਹਿਬਤਾ ਨੇ ਤਾਂ ਮੈਨੂੰ ਪ੍ਰਤਾਪਪੁਰ ਤੋਂ ਤਾਪੀ ਬਣਾਤਾ। ਮੈਂ ਜੱਠ ਦੀ ਲੁੱਤਰੋਂ ਲੱਗੀ ਆ। ਹਰ ਚੜ੍ਹਦੀ ਜਵਾਨੀ ਦਾ ਸੁਪਨਾ ਹੁੰਦਾ ਹੈ ਮੈਨੂੰ ਹਾਣੀ ਮਿਲੇ, ਔਰ ਇਹ ਹਾਣੀ ਨਾਵਲ ਜਿਹੜਾ ਇਹ ਇੱਕ ਸੱਚੀ ਘਟਨਾ ਵਰਗੀ ਗੱਲ ਹੈ, ਔਰ ਇਸ ਘਟਨਾ ਵਿੱਚ ਮੈਂ ਆਪ ਵੀ ਖਲੋਤਾ ਰਿਹਾ। ਇਹ ਪਹਿਲੀ ਇੱਕ ਖਾਹਿਸ਼ ਹੁੰਦੀ ਹੈ ਉਮਰ ਦੀ ਜਵਾਨੀ ਦੀ ਕਿ ਮੈਨੂੰ ਮੇਰਾ ਹਾਣੀ ਮਿਲਣਾ ਚਾਹੀਦਾ ਤਾਂ ਕਿ ਮੈਂ ਉਹਦੇ ਨਾਲ ਆਪਣੇ ਮਨ ਦੀਆਂ ਰੀਝਾਂ ਜਿਹੜੀਆਂ ਉਹ ਪੂਰੀਆਂ ਕਰ ਸਕਾਂ, ਔਰ ਇਹੀ ਇੱਕ ਕਾਰਨ ਸੀ ਕਿ ਮੈਂ ਇਹ ਨਾਵਲ 1949 ਵਿੱਚ ਲਿਖਿਆ, ਔਰ ਇਹਨੂੰ ਨਵਯੁੱਗ ਵਾਲਿਆਂ ਨੇ ਦਿੱਲੀ 'ਚ ਛਾਪਿਆ, ਔਰ ਇਹਦੀ ਬੜੀ ਚਰਚਾ ਹੋਈ, ਔਰ MA ਦੀਆਂ ਕਲਾਸਿਸ ਵਿੱਚ ਵੀ ਇਹ ਲੱਗਾ ਰਿਹਾ, ਔਰ ਇਹਦੇ ਪੜ੍ਹੇ ਜਾਣ ਨਾਲ ਇਹਦੇ 'ਤੇ ਸੈਮੀਨਾਰ ਵੀ ਹੋਏ। ਬਲਰਾਜ ਸਾਹਨੀ ਨੇ ਪੜ੍ਹ ਕੇ ਇਹਦੇ ਬਾਰੇ ਬੜਾ ਕੁਛ ਲਿਖਿਆ, ਔਰ ਜਲੰਧਰ ਦੇ ਸੈਮੀਨਾਰ ਵਿੱਚ ਉਸਨੇ ਕਿਹਾ ਕਿ ਮੈਂ ਪੰਜਾਬੀ 'ਚ ਇੱਕ ਇਸ ਤਰ੍ਹਾਂ ਦਾ ਪਹਿਲਾ ਨਾਵਲ ਦੇਖਿਆ ਜਿਹੜਾ ਇੱਕ ਔਰਤ ਜੁਰਤ ਕਰਦੀ ਹੈ ਆਪਣਾ ਹੱਕ ਲੈਣ ਲਈ। ਮੇਰੇ ਲਈ ਇਹ ਇੱਕ ਬੜੀ ਅਸਚਰਜ ਗੱਲ ਸੀ ਕਿ ਮੁੰਡੇ ਤਾਂ ਬਗਾਵਤਾਂ ਕਰਦੇ ਆ ਪਰ ਇੱਕ ਕੁੜੀ ਆਪਣੇ ਹਾਣ ਲਈ ਭੱਜ ਕੇ ਆਪਣੇ ਮੰਗੇਤਰ ਕੋਲ ਜਾਵੇ, ਇਹ ਇੱਕ ਬਹੁਤ ਵੱਡੀ ਇਸਤਰੀ ਜਾਤੀ ਲਈ ਪ੍ਰਾਪਤੀ ਸੀ, ਔਰ ਇਸ ਗੱਲ ਲਈ ਮੇਰਾ ਇਨੀਸ਼ੀਏਟਿਵ ਵੀ ਇਹ ਸੀ ਕਿ ਜਿਹੜੀਆਂ ਦੱਬੀਆਂ ਕੁਚਲੀਆਂ ਔਰਤਾਂ ਨੇ ਉਹ ਆਪਣੇ ਹਾਣੀ ਲਈ ਆਪਣੇ ਹੱਕ ਲਈ ਜਦੋਜਹਿਦ ਕਰਨ, ਇਸ ਤਰ੍ਹਾਂ ਦੀ ਜ਼ਰੂਰਤ ਕਰਨ, ਔਰ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਇੱਕ ਤਰ੍ਹਾਂ ਨਾਲ ਮੇਰੇ ਹੱਡਾਂ ਨਾਲ ਵਾਪਰੀਆਂ, ਔਰ ਮੈਨੂੰ ਇਹ ਨਾਵਲ ਲਿਖਣ ਲਈ ਮਜਬੂਰ ਹੋਣਾ ਪਿਆ ਤਾਂ ਕਿ ਇਸਤਰੀ ਜਾਤੀ ਦੇ ਜਿਹੜੇ ਹੱਕ ਹੈ ਇਹ ਉਹਦੇ ਸਾਡੇ ਸਮਾਜ ਨੂੰ ਦੇਣੇ ਬਣਦੇ ਆ ਔਰ ਦੇਣੇ ਚਾਹੀਦੇ ਆ, ਜੇ ਨਹੀਂ ਦੇਣਗੇ ਤਾਂ ਬਗਾਵਤਾਂ ਹੋਣਗੀਆਂ। ਤੂੰ ਕੋਈ ਐਵੇਂ ਦਿਲ ਜਿਹਾ ਢਾਕੇ ਬਹਿ ਗਈ,
आपके बापू नू पहली बारी यूं बोली है इस करके चल गया तो ना बोली मैं तो पुत जिदन दी इत्थे आई हूं आही काटो कलेश रहिंदा बेबे मैनू बापू दे बोलन बोलन दा कोई दुख नहीं दुख तो मैनू इस गल दा वी हर वेले तैनू घूरदा रहिंदा मेरी तो सारी जवानी आई छत्तर खांदी दी लंघदी चल छट परे तू का तो चिंता कर दी है बस औखी सौखी एक बारी तेरिया भमालियां दे ला फिर नशंक चाहे कल नू तुर जाए इस जहान तो जीवना भी कोई जीवना ती है बेबे रो ना बापू दे हाथ मैं तोड़ू जो ने हुण तेनू कुछ किया ना मेरी ती ना सारा दिन मैंने मारदा रहता प्यो जे जा मरती होवे पुत इउं नहीं बोलीदा हुंदा बेबे आ बापू तेनु 500 दे के गल्लां जे सुणाउंदा रहंदा नाने ने कोई दार सुधार लिया से बापू तो की दसां धीए मैं जद व्याही आई सी तेरा बापू मैथों दुगनी उम्र दा सी मैं 18 सालां दी ते 34-35 नूं टुक्या होया बेबे नाने ने एडे वड्डे नाल किवें ब्याहती गरीबी धीए गरीबी रब मौत दे दे पर गरीबी ना देवे किसे नूं नहीं भला किसे दा जी करदा आपदियां धीआं वेचण नूं मेरे बापू ने मैनू तेरे बापू नूं 500 रुपये च बेचता सी धीए बेबे गरीबी सच्ची बड़ी माड़ी हुंदी आ हां धीए इसे गरीबी ने तेरे बापू नूं किशन सिंह तों ठेला बना के रखता जे किसे चाचा हालदा हुंदा तां लोक किशन सिंह कह के बुलाउंदे ते मैनू प्रताप कौर बेबे जब तो व्याही आई होएंगी तो था बड़ा सोनी होएंगी है ना हाँ धीए इन बिन तेरे अर्गी पर मेरा रूप ही मेरा वैरी हो गया ते मेरे बापू ने मैनू वेचता इत्थे पट्टी दी खाक चानन बेबे हाँ बापू मुंड तो ही अमले सी शायद ते उना हुंदा मैं तो कहनी हाँ कीड़े पैण जगने बाणिए दे ते टुट पैना कारा भी आउती जावे जानू आखे किशन सिंह तेरी घर वाली तो कम नू तकड़ी है तेनू घट ना समझे फीम खान लाता पुत पिटिया ने लागले पिंडा च इहदे अरगा कोई खूह लाउणा नहीं सी जानदा सारे इज्जत नाल किशन सिंह कह के बुलाउंदे सी पर नशे करके सारी कमाई इने खूह च पाती गली वाला पैसा कदे थेली ते नहीं धरिया मेरे बेबे मेरा तो अंदर जा कंबण लग गया तेथों सच सुन के गरीबी तो सराफ ही हुंदी आ बेबे नाले केड़ा किसे दे वासा अमीरां दे घर जम्मणा मैनू अपनी हिक ना लाला बेबे मैनू तो पता नहीं की होई जांदा ना मेरी ती ना तू का तो एवें पुट्ठा सीधा सोचदी आ मैं तो तेनू आपदे हत्थी व्याहूंगी किसे वधिया जे घर मेरी राणी ती लगदा तो ओही है ए टुटड़ा राहां च गिट्टे तलाउंदा रहू कदे भी घा दी पंड नू आओ जा बालन नू इहने टक्कर नहीं टक्कर ना जाए वड्डे ने ए बेबे कोई ना नाले कोई दींदा भी नहीं सी जांदा जांदा पांडी च काजू नीती ए तेरी तां ओ गल है आखे को ना चली बाबा ते आई छोड़े आई गुरी ओ बस साडे भी ओ ले ओए दा भाभी बैठी है ओ मैंने तां दूरों ही लग्या सी ओ मैं तां खासा चक्कमे पैरी होया
कि गल्लां बातां मारदे चलांगे पर तू किथे रलन देनी है तू है चीरे हड्डां दी पर जो आखड़ी दा माड़ा जिहा ख्याल करिया कर बे जे तैनूं इन्ना ही हे जांदा है तां तू दे ला भरी नूं सिर लिया कुड़े तंतो चका भरी अपने चाचे दे सिर ते देख किवें गीगा बणदा है ना भाई जी तू इहदा चाचा किवें लग्गिया है आ देखी किते आ गन्ने दे छिलके नाल दंद ना बाहर आ जाण तेरे ए बाबी ओ तैनूं 20 वारी कहे बे मैनूं दियोर कहा कर आला मैं तेरे लई गुड़ लेके आया आ टोटण वेख देख गंज किवें कढ़िया ते नाले देख दाढ़ी आपदी दियोर बण नूं फिरदा इह ओ दाढ़ी ला मैं हुणे काली कर लवां ओ तू एक वारी दियोर तां कह दे आ गंज पता किवें पिया होर पवाउणा है ला ओ भाबी दियां जुत्तियां पईयां किते ओ तू एक दियां 20 मार मारे घोड़ा ना बोलिया कर आ दे कलाड़ी तो मैं तेरे लिए गुड़ लेके आया ए खा फिर देख के मैं बोलेंगी दस्ती मारू मत्थे च ढह जाने दे ओ भाभी मैं कदे माड़ा के है ओ मैं तो यही कह भाई तू मिठा खाएंगी ते मिठा बोलेंगी औरतों का कितों पेश पे जवान जहान कुड़ी कोल खड़ी है देख के मैं चंबले पर कुड़ी ते तू फिक्र ना कर ओ इहदे ब्याह दी भेली मैं ही दे के आऊं ते मुंडा भी मैं ही लभूं दर फिट्टे मुंह तेरे एहो जे दे ना रन ना कन ना जवाक ना जल्ला ना तेनू अकल तां नहीं आउंदी वी जवान कुड़ी सामने किवें बोली जाए ओए ओ भी हो जाना सी पापी मैं तां फौज दी नौकरी भी कीती 4 पैसे भी इकट्ठे कीते पर बेबे दे मेणे ने मेरा ब्याह ही नहीं होण दित्ता ਹੁਣ ਤਾਂ ਤੇਰੇ ਨਾਲ ਹੀ ਚਿੱਤ ਪਰਚਾ ਲਈਦਾ ਔਰ ਇੱਕ ਤੂੰ ਹੈ ਕਿ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਮੈਂ ਕੀ ਮਤਲਬ ਹੈ ਤੇਰਾ ਹੈ ਜਿਹੜੀਆਂ 4 ਬੋਤੀਆਂ ਜੀ ਨਾ ਸਿਰ ਤੇ ਮਾਰ ਮਾਰ ਕੇ ਜੁੱਤੀਆਂ ਐਵੇਂ ਝਾੜ ਦੂੰ ਬੰਦਾ ਬਣ ਕੇ ਗੱਲ ਕਰਿਆ ਕਰ ਮੇਰੇ ਨਾਲ ਉਹ ਮੇਰੀ ਇਹ ਕਿਉਂ ਪੱਠੀ ਵਾਂਗੂ ਤਪੀ ਰਹਿਣੀ ਹੈ ਤੇ 9 ਵੀ ਤਾਪੀ ਹੈ ਤੇਰਾ ਉਹ ਕਦੇ ਤਾਂ ਨਰਮਾਈ ਵਰਤਿਆ ਕਰ ਚੱਲ ਮਰਜ਼ੀ ਤੇਰੀ ਆ ਚਕਾ ਭਰੀ ਚੱਲ ਪਿੰਡ ਨੂੰ ਚੱਲੀਏ ਕਿਹੜੇ ਪਿੰਡ ਨੂੰ ਉਹ ਤੇਰੇ ਪਿੰਡ ਨੂੰ ਬੱਦੋਵਾਲ ਨੂੰ ਉਹ ਮੈਂ ਤਾਂ ਕਿਸ਼ਨੇ ਨੂੰ ਮਿਲਣ ਚੱਲਿਆ ਸੀ ਘਰੇ ਹੋ ਬਾਈ ਉੱਥੇ ਮਰਦਾ ਹੋਣਾ ਕਿਤੇ ਉਹਨੇ ਕਿੱਥੇ ਜਾਣਾ ਲੈ ਉਹ ਲੜੀ ਕਿਸਨੇ ਨਾਲ ਫਿਰਦੀ ਹੈ ਉਹ ਵੱਡੂ ਖਾਉ ਮੈਨੂੰ ਕਰੀ ਜਾਂਦੀ ਹੈ ਸੂਈ ਕੁੱਤੀ ਵਾਂਗੂ ਉਹ ਬੰਦਾ ਸਿੱਧੀ ਨੀਤ ਨਾਲ ਗੱਲ ਕਰੇ ਤਾਂ ਕੋਈ ਗੱਲ ਵੀ ਕਰ ਲਈ ਉਹਦੇ ਨਾਲ ਉਹ ਮੇਰੀ ਨੀਤ ਤਾਂ ਮਾਨੇ ਨਾਲ ਤਾਂ ਚੰਗੀ ਹੈ ਖੜੋ ਤੇਰੇ ਭਰਾਵਾ ਪਿੱਟੇ ਦੇ ਵਗ ਜਾ ਇੱਥੋਂ ਨਹੀਂ ਤਾਂ ਮਾਰ ਕੇ ਦਾਤੀ ਖਾਖਾ ਪਾੜ ਦੂੰ ਢਾ ਜਾਣੇ ਦੀਆਂ ਜਾਵੇ ਜਾਨੋਂ ਖਾਲੀ ਇਹ ਉਹ ਜਾਣਾ ਦਾ ਖਾਲੀ ਹੋ ਪੈਣਾ ਪਰ ਇੱਕ ਗੱਲ ਪੱਕੀ ਹੈ ਚਾਹੂ ਮੈਂ ਤੇਰੇ ਹੱਥੋਂ ਭਾਬੀ ਪਰ ਮਰਨ ਤੋਂ ਪਹਿਲਾਂ ਇੱਕ ਵਾਰੀ ਮੈਨੂੰ ਦਿਓਰ ਕਹਿ ਦੀ ਆ ਜਾਨ ਸਖਾਲੀ ਜੀ ਨਿਕਲ ਜੂ ਟੁੱਟੜਾ ਨਾ ਹੋਵੇ ਤਾਂ ਉਹ ਹੱਸੀ ਭਾਬੀ ਹੱਸੀ ਭਾਬੀ ਹੱਸੀ ਬਈ ਹੱਸੀ ਦਫਾ ਹੋਣਾ ਬੇਬੇ ਇੱਕ ਵਾਰ ਟਿੱਟੇ ਜੇ ਨੂੰ ਚਾਚਾ ਕਹਿ ਕੇ ਦੇਖਾ ਇਹਨੇ ਤਾਂ ਸਾਰਾ ਦਿਨ ਟਪੂਸੀਆਂ ਮਾਰਨ ਨੂੰ ਨਹੀਂ ਹਟਣਾ ਇਹ ਮਰਦ ਜਾਤ ਤਾਂ ਬਾਂਦਰ ਜਾਤ ਹੁੰਦੀ ਹੈ ਬੇਬੇ ਇਹਦੀ ਬੇਬੇ ਵਾਲੀ ਕਿਹੜੀ ਗੱਲ ਸੀ ਨੀਤੀ ਇਹ ਤੈਨੂੰ ਕੀ ਦੱਸਾਂ ਇਹਦਾ ਪਿਓ ਇਹਦੀ ਬੇਬੇ ਨੂੰ ਕੱਢ ਕੇ ਲੈ ਕੇ ਆਇਆ ਸੀ ਤੇ ਇਹ ਉਦੋਂ ਉਹਦੀ ਗੋਤੀ ਸੀ ਕਹਾਉਂਦਾ ਤਾਂ ਆਪਦੇ ਆਪ ਨੂੰ ਜੱਟ ਹੈ ਪਰ ਹੈ ਪਤਾ ਨਹੀਂ ਕਿਹਦਾ ਅੱਛਾ ਅੱਛਾ ਤਾਂ ਚਾਇਆ ਸੀ ਹੋਰ ਨੀ ਤਾਂ ਤੋ ਨੀ ਚੱਲ ਚੱਲੀਏ ਭੱਠੀ ਦਾ ਟਾਈਮ ਹੋਈ ਜਾਂਦਾ ਉੱਠ ਮੇਰੀ ਧੀ ਛੇਤੀ ਚੱਲ ਕਰੇ ਚੂਪ ਲਵਾਂ ਗੋਰੇ ਰੰਗ ਦੀ ਵਿਕੇ ਪਨਸੇਰੀ ਕਾਲਾ ਰੰਗ ਵਿਕੇ ਰੱਤੀ ਮਾਰ ਮਾਰ ਛਿੱਤਰ ਮੂੰਹ ਕਾਲਾ ਕਰਤਾ ਨਾ ਫੇਰ ਪਤਾ ਲੱਗੂ ਕਾਲਾ ਰੰਗ ਕਿਵੇਂ ਵਿਕਦਾ ਰੰਗ ਸ਼ਹਿਦ ਅਰਗਾ ਤੇ ਬੋਲ ਜ਼ਹਿਰ ਅਰਗੇ ਧਰਮ ਨਾਲ ਤੈਨੂੰ ਆ ਘਾ ਖੋਦੀ ਨੂੰ ਦੇਖ ਕੇ ਨਾ ਮੇਰੇ ਦਿਲ ਤੇ ਆਰੀਆਂ ਚੱਲਦੀਆਂ ਉਹ ਕਿਉਂ ਵੱਟਾਂ ਤੋਂ ਤਿਲ ਕੇ ਗਿੱਟੇ ਤੜਾਉਂਦੀ ਫਿਰਦੀ ਹੈ ਲੰਮੇ ਸਾਨੂੰ ਪੱਠੇ ਤੇਰਾ ਪਿਓ ਪਾਊ ਲੱਗਦਾ ਦਿਲ ਦੇ ਜ਼ਖਮਾਂ ਦਾ ਓਏ ਕਾਣੂ ਰੁੱਖਾ ਬੋਲ ਕੇ ਜ਼ਖਮਾਂ ਤੇ ਲੂਣ ਛਿੜਕਦੀ ਹੈ ਧਰਮ ਨਾਲ ਕਿੰਨੇ ਦਿਨਾਂ ਦਾ ਤੇਰੇ ਨਾਲ ਗੱਲ ਕਰਨ ਨੂੰ ਤਕਾਉਂਦਾ ਫਿਰਦਾ ਸੀ ਅੱਜ ਟੱਕਰੀ ਹੈ ਗੱਲ ਓ ਖੜਤਾ ਜਾਓ ਦੱਸ ਕਿੱਥੇ ਫਟ ਖੁੱਲੇ ਨੇ ਤੇਰੇ ਇੱਥੇ ਦਿਲ ਤੇ ਓਏ ਮੈਂ ਕਿਹਾ ਹੱਥ ਤਾਂ ਧਰ ਕੇ ਦੇਖ ਨਾ ਮਰ ਜੇ ਹੱਥ ਲਾਇਆ ਤਾਂ ਛਾਤੀ 'ਚ ਦਾਤੀ ਕੱਢ ਦੂੰ ਪਾਈਆਂ ਪਿੱਟੇ ਦੇ ਓਏ ਦਾਤੀ ਦੀ ਕੀ ਲੋੜ ਹੈ
ਤੇਰੀਆਂ ਤਾਂ ਕੰਜਰ ਦੀਆਂ ਅੱਖਾਂ ਹੀ ਪਰਛੀਆਂ ਆ ਗਈਆਂ। ਪਰਾਂ ਮਰ ਚੰਦਰਾ ਉੱਤੇ ਚੜਦਾ ਹੁੰਦਾ ਉਹ ਦੇਖ, ਕੋਈ ਨਹੀਂ ਦੇਖਦਾ। ਓਏ ਸਵੇਰੇ ਸਵੇਰੇ ਘਾਹ ਖੋਤਣ ਦੀ ਕੀ ਲੋੜ ਹੈ? ਤੂੰ ਮੇਰੀ ਮੰਨ, ਦੋ ਬਿੱਗੇ ਚਰੀ ਦੇ ਤੇਰੇ ਨਾਲ ਵਾਦੂ, ਤੇ ਜੇ ਆਖੇ ਤਾਂ ਦੋ ਪੰਡਾਂ ਤੇਰੇ ਘਰੇ ਸੁੱਟਿਆ ਕਰੂੰ। ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਤੇਰੇ ਵਰਗੇ ਲੁੱਚੇ ਨੂੰ। ਅਸੀਂ ਦਸਾਂ ਨੌਹਾਂ ਦੀਆਂ ਕਿਰਤ ਕਰਕੇ ਖਾਣ ਵਾਲਿਆਂ ਚੋਂ ਆ। ਬੰਦਿਆਂ ਵਾਂਗੂ ਰਾਹ ਛੱਡ ਦੇ, ਪਾਸੇ ਹੋ ਜਾ। ਓਏ ਅੜੀਆਂ ਕਾਹਨੂੰ ਕਰਦੀ ਹੈ, ਇੱਕ ਵਾਰੀ ਜੱਟ ਨਾਲ ਲਾ ਕੇ ਤਾਂ ਦੇਖ, ਮੌਜਾਂ ਕਰੇਂਗੀ ਮੌਜਾਂ। ਓਏ ਲੁੱਟ ਲਾ ਬੁੱਲੇ, ਫਿਰ ਤਾਂ ਸਾਰੀ ਉਮਰ ਆਹੀ ਕੁਛ ਕਰਨਾ। ਤੂੰ ਪਰਾ ਹੁੰਦਾ ਕਿ ਨਹੀਂ, ਮੈਂ ਕਦੋਂ ਦੀ ਤੇਰੇ ਮੁੱਖ ਨਹੀਂ ਵੇਖੀ ਜਾਂਦੀ ਆ। ਹਜੇ ਤੂੰ ਦੇਖਿਆ ਹੀ ਕਿੱਥੇ ਹੈ, ਇੱਕ ਵਾਰੀ ਲਾ ਕੇ ਤਾਂ ਦੇਖ, ਜੇ ਸਵਰਗਾਂ ਦੇ ਝੂਟੇ ਨਾ ਦਵਾ ਤੇ ਤਾਂ। ਕਰਕ ਹੋਣਿਆ ਤੂੰ ਜਾਵੇਂ ਨਰਕਾਂ ਨੂੰ, ਤੇਰੇ ਮਾਂ ਭੈਣ ਹੈ ਨੀ ਘਰ 'ਚ। ਖਬਰਦਾਰ, ਜੇ ਮਾਂ ਭੈਣ ਦੀ ਗੱਲ ਕੀਤੀ ਤਾਂ। ਕਿਉਂ, ਬੜਾ ਸੇਕ ਲੱਗਿਆ? ਜੇ ਅਸਲੇ ਦਾ ਤਾਂ ਚੁੱਪ ਕਰਕੇ ਤੁਰ ਜਾ ਇੱਥੋਂ, ਨਹੀਂ ਤਾਂ ਮੈਂ ਹੁਣੇ ਰੌਲਾ ਪਾ ਦੂੰ। ਉਹ ਤੂੰ ਚੁੱਪ ਨਹੀਂ ਕਰਦੀ? ਆ ਦੇਖਿਆ, ਸਾਲੀ ਦਾ ਹਮੇਸ਼ਾ ਵਾਸਤੇ ਮੂੰਹ ਬੰਦ ਕਰ ਦੂੰ। ਲੱਭਿਆ ਕਰੇ ਆ ਬਾਈ। ਓਏ ਆ ਜਾ ਲੰਘਿਆ। ਕਿਵੇਂ ਮੋਜਨਾ ਫੜੀ ਬੈਠਾ ਜਵਾਨੀ ਜੀ ਧੌਲੇ ਆ ਗਏ। ਉਹ ਕਾਣੂ, ਆ ਚਾਰ ਕ ਕਰਚੇ ਜੇ ਸੀ ਪੱਟਣ ਵਾਲੇ। ਇਧਰਲੀ ਫਾਂਟਾ ਪਟੂਆ ਪੂਰੀ ਸਿੱਧੀ ਕਰੀ ਬੈਠਾ ਤੇ ਸਹੇਲੀਆਂ ਸਹੇਲੀਆਂ ਤਿੱਖੀਆਂ। ਓਏ ਕਿਹਨੂੰ ਪੱਟਣਾ? ਓਏ ਕਿਸੇ ਨੂੰ ਨੀ, ਆਹ ਸ਼ੌਕ ਨਾਲ ਰਹੀਦਾ ਯਾਰ। ਬਾਕੀ ਜੇ ਕੋਈ ਆ ਕੇ ਗਲ ਪੈ ਜੇ ਤਾਂ ਗਲੋ ਆਪਾਂ ਵੀ ਨੀ ਲਾ ਕੇ ਸੁੱਟ ਦੇ। ਤੇਰੇ ਦੱਸ ਕਿਹੜੀ ਗਲ ਪਊ, ਕੰਜਰ ਦਾ ਲੱਖਾ ਜਿਹਾ ਗੱਲਾਂ ਦੇ ਕਰਦਾ। ਉਹ ਬਾਈ ਸਿਆ ਬਈ, ਰੰਗ ਤਾਂ ਰੱਬ ਨੇ ਦੇਤਾ ਜਿਹੜਾ ਦੇਣਾ ਸੀ, ਪਰ ਘੱਟ ਆਪਦੇ ਆਪ ਨੂੰ ਕੋਈ ਨੀ ਸਮਝਦਾ। ਬਾਕੀ ਆਪਣਾ ਅਸੂਲ ਹੈ, ਐਵੇਂ ਜਣੀ ਖਣੀ ਦੇ ਪਿੱਛੇ ਫਿੱਡੇ ਆਪਾਂ ਵੀ ਨੀ ਲਾਹੀ ਫਿਰਦੇ। ਤੂੰ ਸੁਣਾ, ਉਹ ਕੋਈ ਆਈ ਨਵੀਂ ਕਬੂਤਰੀ ਤੇਰੀ ਛਤਰੀ ਤੇ ਕਿ ਨਹੀਂ? ਇੱਕ ਕਬੂਤਰੀ ਨੂੰ ਜਾਲ ਤਾਂ ਸੱਟਿਆ, ਪਰ ਫਸਦੀ ਦੀਦੀ ਨੀ ਸਹੁਰੇ ਦੀ। ਹੈ ਤਾਂ ਤੇਰੇ ਵਰਗੀ ਲਾਖੀ ਜੀ, ਪਰ ਜਵਾਨੀ ਲੋੜਿਆਂ ਦੀ ਆ ਮੇਰੇ ਸਾਲੀ ਤੇ। ਕੌਣ ਆ ਓਏ, ਕਦੋਂ ਹੋਇਆ ਟਾਕਰੇ? ਓਏ ਖਾਸੇ ਦਿਨ ਹੋ ਗਏ, ਵਿਉਂਤਾਂ ਜਿਹਾ ਬਣਾਉਂਦਾ ਸੀ, ਅੱਜ ਫਿਰ ਜੇਰਾ ਜਿਹਾ ਕਰਕੇ ਪੁੱਛ ਹੀ ਲਈ। ਅੱਛਾ, ਉਹ ਫਿਰ ਬਣੀ ਕੋਈ ਗੱਲ ਕਿ ਨਹੀਂ? ਉਹ ਦੇਖੀ ਕੰਜਰ ਦਿਆ, ਉਹ ਕਿਤੇ ਕਿਸੇ ਵੱਡੇ ਘਰ ਦੇ ਨਾਲ ਤਾਂ ਨਹੀਂ ਸਿੰਘ ਵਸਾਲੇ? ਓਏ ਨਾ ਨਾ, ਓਏ ਹੈ ਤਾਂ ਸਹੁਰੇ ਮਲੰਗਾ ਜਿਹਾ ਦੀ, ਪਰ ਜਵਾਨੀ ਓਏ ਤਿਉਂ ਠਾਠਾਂ ਮਾਰਦੀ ਆ ਲੱਭਿਆ, ਜੀ ਕਰਦਾ ਜ਼ਿੰਦਗੀ ਨੌ ਕਰਦਿਆਂ ਉਹਦੇ। ਓਏ ਰਹਿਣ ਦੇ ਰਹਿਣ ਦੇ ਵੱਡਾ ਆਸ਼ਕ, ਕਿਉਂ ਭਗਾਈ ਮਾਰਦਾ? ਮੈਂ ਜਾਣਦਾ ਤੈਨੂੰ ਜ਼ਿੰਦਗੀ ਨੌ ਕਰਨ ਵਾਲੇ। ਓ ਯਾਰ, ਮੈਂ ਤਾਂ ਕਿਹਾ ਸੀ ਵੀ ਚਰੀ ਦੀ ਪੰਡ ਵੱਢ ਕੇ ਲੈ ਜਾ ਕਰ। ਓ ਕੰਜਰ ਦਿਆ, ਓਏ ਕੋਈ ਆਸ਼ਕੀ ਆ ਓਏ? ਮੇਰਾ ਐਂ ਦੱਸ, ਹੋਇਆ ਜੂਤ ਪਤਾਣ ਕਿ ਨਹੀਂ? ਓਏ ਉਹ ਤਾਂ ਮੇਰੀ ਸਾਲੀ ਬਾਲੀ ਖੱਟਣ ਨਿਕਲੀ, ਜਿਉਂ ਲੱਗੀ ਗਾਲਾਂ ਕੱਢਣ ਹਟੇ ਨਾ, ਫਿਰ ਆ ਗਿਆ ਮੈਨੂੰ ਵੀ ਗੁੱਸਾ, ਮੈਂ ਵੀ ਕੱਢ ਕੇ ਨਾ ਪਸਤੌਲ ਲਾ ਤਾ ਉਹਦੀ ਵੱਖੀ। ਓਏ ਤੁਰ ਫਿਟੇ ਮੂੰਹ ਤੇਰੇ ਓਏ, ਉਹ ਕੁੜੀ ਕਤਰੀ ਨੂੰ ਪਸਤੌਲ ਦਿਖਾ ਕੇ ਧੱਕਾ ਕਰਨਾ ਕਿਤਰਲੀ ਸੁਰਮਤਾ ਹੀ ਆ ਓਏ। ਹੈ ਉਹ ਤੀਵੀਂ ਤਾਂ ਜੇ ਪਿਆਰ 'ਚ ਚਾਰ ਛਿੱਤਰ ਵੀ ਮਾਰ ਜੇ ਤਾਂ ਬੰਦਾ ਚੂ ਨਾ ਕਰੇ। ਉਹ ਜੱਟ ਦੇ ਪੁੱਤ ਨੂੰ ਨਾ ਕਰ ਗਈ, ਉੱਤੋਂ ਮੇਰੇ ਸਾਲੇ ਦੀ ਗਲਾ ਕੱਢਣਾ ਹਟੇ, ਆ ਗਿਆ ਗੁੱਸਾ ਫਿਰ। ਨਾ ਗੁੱਸਾ ਕਰਕੇ ਪਸਤੌਲ ਦਿਖਾ ਕੇ ਟਕਾਲੀ, ਫਿਰ ਕੰਡ ਝਾੜ ਜੀ ਕਰਾ ਕੇ ਆਇਆ ਲੱਗਦਾ। ਮੈਂ ਤਾਂ ਬਾਈ ਤੇਰੇ ਕੋਲੇ ਤਾਂ ਆਇਆ ਸੀ, ਮੇਰੀ ਕਰ ਗਈ ਉਹ ਵੇਚਤੀ। ਨਾ ਹੋਰ ਤੈਨੂੰ ਹਾਰ ਪਾਉਂਦੀ, ਤੂੰ ਕੰਮ ਹੀ ਇਹੋ ਜਿਹਾ ਕਰਕੇ ਆਇਆ। ਉਹ ਬਾਈ ਸਿਆ, ਉਹ ਤੀਵੀਂ ਤਾਂ ਪਿਆਰ ਦੀ ਭੁੱਖੀ ਹੁੰਦੀ ਹੈ ਤੇ ਮਰਦ ਉਹਦੇ ਤੋਂ ਭੁੱਖਾ ਹੁੰਦਾ। ਮੈਂ ਆਪਣੀ ਭੁੱਖ ਮਿਟਾਉਣੀ ਆ ਬਾਈ, ਆਪਾਂ ਕਿਵੇਂ ਨਾ ਕਿਵੇਂ ਉਹ ਚੱਕਣੀ ਆ ਇੱਕ ਦਿਨ। ਫਿਰ ਪੁੱਛਾਂਗੇ ਕਿ ਕਿਹੜੇ ਭਾਵ ਵਿਅਕਤੀਆਂ ਤੂੰ ਭੀਰੋ। ਭੀਰੋ? ਦੇਖ ਬਾਈ ਬਘੇਲਿਆ, ਆਹ ਗੱਲ ਤੇਰੀ ਬਿਲਕੁਲ ਗਲਤ ਹੈ।
भीरो है भावे गरीबा की कुड़ी पर है तो पिंड की धी भैन ना ते नाले पिंड की धी भैन दे नाल इहो जी गल दे मैं खिलाफ हाँ वो बथेरी कदीर तुरी फिरती है यार उहदे मगर पर वो इहो जी कुड़ी नहीं हैगी। तू उहदा बख पूरना कि आपदे यार दा मैं तो बड़े मान ना आए तेरे कोल हो भाई सिया वो इहो जिहियां गल्लां दिल नूं नहीं लाईदियां हुंदियां ते नाले भाई मर्जी है अगली दी वो सच पर तैनूं पता अपने पिंडा नचार आए हुए ते आपां दोवां ने जाणा नचार देखण ते नाले भाई सिया जिहा दिल नूं ज़्यादा लगी है ना ते चल पहला ठेके चलदे आ लौना तैनूं दो दो घुट्टा ओए ओ तां मैं लवाऊं अपने यार नूं ओए घुट लाई बिना तां नचार वेखण दा स्वाद ही नहीं आउणा चल चलिए ठेके ਤੰਤੋ ਆ ਲਾ ਦੇ ਝੋਕਾ ਸਮਾਰ ਕੇ ਆ ਦੋ ਪ੍ਰਾਗੇ ਰਹਿ ਗਏ ਬਸ ਹੁਣ ਤਾਂ ਅਬੇ ਤੇ ਲਾਈ ਤੇ ਜਾਨੀ ਆ ਛੇਤੀ ਕਰ ਮਿਲਦੀ ਨੀ ਟਕੜੀਆਂ ਚਾਚੀ ਟਕੜੀਆਂ ਧੀ ਨਾ ਤੂੰ ਕੱਖਾਂ ਦੀ ਭਰੀ ਸਿੱਟ ਕੇ ਇੱਥੇ ਬਹਿ ਗਈ ਘਰੇ ਭਾਵੇਂ ਡੰਗਰ ਭੁੱਖੇ ਖੜੇ ਹੁਣ ਤੇਰੇ ਇਹ ਕਿਧਰੇ ਨੀ ਮੌਤ ਪੈਂਦੀ ਉਹਨਾਂ ਨੂੰ ਆ ਸਵੇਰ ਦਾ ਸਿਰ ਟਸ ਟਸ ਜਿਹਾ ਕਰੀ ਜਾਂਦਾ ਮੈਂ ਕਿਹਾ ਚੱਲ ਜਾਂਦੀ ਜਾਂਦੀ ਚਾਚੀ ਤੋਂ ਮੁੱਠੀ ਦਾਣਿਆਂ ਦੀ ਲੈ ਜਾ ਜੇ ਇਉਂ ਕੁੰਜੂਸੀ ਕਰਨੀ ਆ ਤਾਂ ਲਿਆ ਚਿਕਾਰੇ ਭਰੀ ਮੈਨੂੰ ਬੇਬੇ ਤੂੰ ਜਾ ਘਰ ਨੂੰ ਇਹ ਫਿਰਦੀ ਆ ਮੁਫਤੇ ਦਾਣੇ ਚੱਬਣ ਨੂੰ ਇਹ ਭੋਰਾ ਝੋਕਾ ਲਾ ਦਿੰਦੀ ਆ ਔਰ ਮੈਂ ਫੇਰ ਦਿੰਦੀ ਆ ਦੋ ਪਰਾਗਿਆਂ 'ਚ ਕੁੱਜਾ ਚੰਗਾ ਲੈ ਆ ਜਾ ਘਰ ਫੜ ਜਾਤੀ ਤੂੰ ਨਾਲੇ ਤੁਸੀਂ ਦੋਏ ਸਹੇਲੀਆਂ ਢਿੱਡ ਹੌਲਾ ਕਰ ਲਿਓ ਆਪਦਾ ਚੰਗਾ ਪੁੱਤ ਮੈਂ ਚੱਲਦੀ ਹਾਂ ਨਾਲੇ ਗੱਲ ਸੁਣੋ ਭੱਠੀ ਤੇ ਬਹੁਤੀ ਚੌੜ ਚੰਗੀ ਨਹੀਂ ਹੁੰਦੀ ਚੰਗਾ ਬੇਬੇ ਆਹੋ ਬੇਬੇ ਨੂੰ ਸਭ ਪਤਾ ਵੀ ਤੂੰ ਮੇਰੀ ਪੱਕੀ ਸਹੇਲੀ ਆ ਨੀ ਹੋਰ ਅੜੀਏ ਜਦ ਤੱਕ ਤੇਰੇ ਨਾਲ ਚਾਰ ਗੱਲਾਂ ਨਾ ਕਰ ਲਾ ਔਰ ਰੋਟੀ ਨਹੀਂ ਚੰਗੀ ਲੱਗਦੀ ਮੈਨੂੰ ਤਾਂ ਇਹ ਮੈਰੀਏ ਜਦ ਕੜਾਈ 'ਚ ਦਾਤੀ ਫੇਰਦੀ ਹੋਏਗੀ ਨਾ ਤਾਂ ਕਈਆਂ ਦੇ ਦਿਲ 'ਤੇ ਤਾਂ ਆੜੀਆਂ ਚੁਣਾਉਂਦੀ ਹੋਏਗੀ ਨੀ ਵੀਰੋ ਨੀ ਕਈ ਤਾਂ ਐਡੇ ਔਂਤਰੇ ਦੇ ਨੇ ਬੇੜਾ ਤਕਾਉਂਦੇ ਰਹਿਣਗੇ ਵੀ ਬੇਬੇ ਕਦੋਂ ਜਾਊ ਥਾਂ ਝੋਲੀ 'ਚ ਮੁੱਠੀ ਦਾਣੇ ਪਾ ਕੇ ਆ ਖੜਨਗੇ ਨੀ ਕਰਨ ਵੀ ਕੀ ਵਿਚਾਰੇ ਆ ਭੱਠੀ ਦੇ ਸੇਕ ਨਾਲ ਤੇਰਾ ਰੰਗ ਪਤਾ ਕਿਵੇਂ ਲੱਗਦਾ ਸੁਨਿਆਰੇ ਦੀ ਕਠਾੜੀ 'ਚ ਪਏ ਸਿਉਣੇ ਵਰਗਾ ਬਸ ਕਰ ਰਹਿਣ ਦੇ ਮੈਨੂੰ 20 ਵਾਰ ਆਖਿਆ ਵੀ ਆ ਬਿਨਾਂ ਗੱਲ ਤੋਂ ਦੰਦ ਜੇ ਨਾ ਕੱਢਿਆ ਕਰ ਫਿਰ ਅਗਲੇ ਦਾ ਕਸੂਰ ਕੱਢੇਂਗੀ ਨਾ ਇਹ ਤਾਂ ਦੱਸ ਅੱਜ ਕੌਣ ਮਿਲ ਗਿਆ ਸੀ ਲੈ ਮਜਾਲਾ ਕਿਸੇ ਦੀ ਹੱਥ ਲਾ ਜੇ ਆ ਦਾਤੀ ਨਾਲ ਹੱਥ ਨਹੀਂ ਵੜਦੂ ਉਦਣ ਪੁੱਛਾਂਗੇ ਜਿੱਦਣ ਕੋਈ ਹੱਥ ਫੜਨ ਵਾਲਾ ਮਿਲ ਗਿਆ ਵੀ ਦਾਤੀ ਨਾਲ ਹੱਥ ਵੱਢਦੀਆਂ ਕੋਹਦੇ ਗਲ 'ਚ ਬਾਹਾਂ ਪਾਉਣੀ ਆ ਨੀ ਇੰਨੀ ਕਿਸਮਤ ਕਿੱਥੇ ਨੀ ਉਹ ਬਘੇਲਾ ਨੀ ਹੱਕਲਿਆਂ ਦਾ ਸਾਰਾ ਟੱਬਰ ਤਾਤਾ ਕਰਕੇ ਬੋਲਦਾ ਬਿਨ ਬਘੇਲੇ ਤੋਂ ਆ ਪਤਾ ਨੀ ਕਿਹਦਾ ਭਾਈਆਂ ਪਿੱਟਾ ਭੌਂਕਣੋਂ ਹੀ ਨੀ ਹਟਿਆ ਅੱਛਾ ਕੀ ਕਹਿੰਦਾ ਸੀ ਉਹ ਇੰਨਾ ਮਾੜਾ ਵੀ ਨੀ ਜਿੰਨੀਆਂ ਤੂੰ ਗਾਲਾਂ ਕੱਢੀ ਜਾਂਦੀ ਆ ਦੇਖੀ ਕਿਤੇ ਉੱਤੋਂ ਉੱਤੇ ਤਾਂ ਨੀ ਗਾਲਾਂ ਕੱਢੀ ਜਾਂਦੀ ਨੀ ਮੈਂ ਤਾਂ ਜੁੱਤੀ ਨੀ ਮਾਰਦੀ ਇਹ ਜੇ ਦੇ ਅਖੇ ਕਿਉਂ ਬੱਟਾ ਤਾਂ ਤਿਲਕ ਕੇ ਗਿੱਟੇ ਤਰਾਉਣੀ ਫਿਰਦੀ ਆ ਕਹੇ ਤਾਂ ਚਰੀ ਦਾ ਬਿੱਗਾ ਨਾ ਲਵਾ ਦਈਏ ਬੜਾ ਤਰਸ ਆ ਗਿਆ ਤੇਰੇ ਤੇ ਨੀ ਹੈ ਵੀ ਤਾਂ ਨਾਗਣ ਵਰਗੀ ਡੰਗ ਤਾਂ ਵਿਚਾਰਾ ਨੀ ਮੇਰਾ ਬਸ ਚੱਲਦਾ ਤਾਂ ਵਿਚਾਲਿਓਂ ਪਾੜ ਦਿੰਦੀ ਧੱਕੇ ਨਾ ਹੱਥ ਫੜਨ ਨੂੰ ਫਿਰੇ ਮੇਰਾ ਮਾਰਨੀ ਸੀ ਦਾਤੀ ਕਪਾਲ 'ਚ ਕੁੱਤੇ ਦੇ ਨੀ ਮੈਨੂੰ ਪਸਤੌਲ ਕੱਢ ਕੇ ਡਰਾਉਣ ਨੂੰ ਫਿਰੇ ਹਾਏ ਮੈਂ ਮਰ ਜਾਂ ਨੀ ਉਹ ਹੱਕਲਿਆਂ ਦਾ ਪਸਤੌਲ ਰੱਖੀ ਫਿਰਦਾ ਨੀ ਹੋਰ ਉਹਨੇ ਸੋਚਿਆ ਬਈ ਡਰ ਜੂ ਨੀ ਤੂੰ ਜਮਾ ਹੀ ਨਹੀਂ ਡਰੀ ਨੀ ਭੈਣੇ ਕੇਰਾ ਤਾਂ ਕੰਬਾ ਜਿਹਾ ਛਿੜ ਗਿਆ ਫਿਰ ਸੋਚਿਆ ਮਨਾ ਇੱਦੋਂ ਤਾਂ ਮਰਨਾ ਹੀ ਚੰਗਾ ਇਹ ਚਟਪੋੜ ਤਾਂ ਰੋਜ਼ ਹੀ ਘੇਰ ਲਿਆ ਕਰੂੰ ਮੈਨੂੰ ਫਿਰ ਮਨ ਕਿਹੜਾ ਜਿਹਾ ਕਰਕੇ ਪੈ ਗਈ ਟੁੱਟ ਕੇ ਮਖਾਂ ਚਲਾ ਗੋਲੀ ਹਾਏ ਨੀ ਮਰ ਜਾਣੀ ਹੈ ਜੇ ਚਲਾ ਦਿੰਦਾ ਜੇ ਚਾਣ ਚੱਕੀ ਚੱਲ ਜਾਂਦੀ ਘਬਰਾਹਟ 'ਚ ਨੀ ਗੋਲੀਆਂ ਚਲਾਉਣ ਵਾਲੇ ਹੋਰ ਇਹ ਹੁੰਦੇ ਨੇ ਜੇ ਕੋਈ ਗਰੀਬ ਦੀ ਧੀ ਭੈਣ ਨੂੰ ਦੇਖ ਕੇ ਪਿਸਤੌਲ ਕੱਢ ਲਏ ਉਹ ਕਿੱਥੋਂ ਦਾ ਸੂਰਮਾ ਨੀ ਫੇਰ ਕੀ ਹੋਇਆ ਦੱਸ ਤਾਂ ਸਹੀ ਨੀ ਹੋਣਾ ਕੀ ਸੀ ਮਰੱਬੇ ਨਾਲ ਵਾਣ ਨੂੰ ਫਿਰਦਾ ਸੀ ਫਿਰ ਧੌਣ ਜੀ ਸਿੱਟ ਕੇ ਖੜ ਗਿਆ ਆ ਭਾਪ ਦੇ ਦਾ ਫੇਰ ਨਹੀਂ ਆ ਪਿਆ ਮੇਰੇ ਕਨੀ ਵੇਖਣ ਦਾ ਜਾਣੀ ਪਿਸਤੌਲ ਵਾਲਾ ਵੀ ਨਹੀਂ ਆਇਆ ਪਸੰਦ ਨੀ ਤੇਰੇ ਤਾਂ ਕੋਈ ਨਖਰੇ ਥੱਲੇ ਨਹੀਂ ਆਉਂਦਾ ਨੀ ਹਜੇ ਤੱਕ ਤਾਂ ਕੋਈ ਟੱਕਰਿਆ ਨਹੀਂ ਮਰਦ ਬੱਚਾ ਜਿੱਦਣ ਟੱਕਰ ਗਿਆ ਫੇਰ ਦੇਖੀ ਨਿਬੜ ਸਿਰਾ ਦੇ ਨਾਲ ਨੀ ਔਂਤਰਾਂ ਦੀ ਏ ਤੂੰ ਤਾਂ ਹੈਗੀ ਬੇਲੀ ਤੈਨੂੰ ਤਾਂ ਕੋਈ ਹੈ ਨਹੀਂ ਟੋਕਣ ਵਾਲਾ ਨੀ ਮੇਰੀ ਤਾਂ ਬੇਬੇ ਵਿਚਾਰੀ ਕੱਲੀ ਡੰਗਰਾਂ ਨਾਲ ਮੱਥਾ ਮਾਰਦੇ ਹੋ ਤੂੰ ਕੱਪੜੀ ਪੰਡ 'ਚ ਚੱਕ ਤੇ ਤੁਰਦੀ ਲੱਗ ਇੱਥੋਂ ਕੀ ਗੱਲ ਮੈਨੂੰ ਤੋਰਨ ਲੱਗੀ ਆ ਕਿਸੇ ਨੇ ਹੋਰ ਤਾਂ ਨਹੀਂ ਆਉਣਾ ਦਾਣੇ ਬਣਾਉਣ ਨੀ ਜਾ ਪਰਾ ਤੂੰ ਵੀ ਬਸ ਹੋਏ